सरकारां वल्लों खरीद प्रबंधां दे मंडियां दे विच दावे कीते जांदे ने पर जमीनी पद्धर ते दावियां दी फूक निकलदी होई देखी है। तुहानूं दस दईए मार्केट कमेटी अमरगढ़ अधीन जिहड़ी मंडी पैंदी आ उत्थे सेंटर दे मौजूद आ जिथे मजदूरां वल्लों मलेरकोटला पटियाला हाईवे जाम किया होया धरना प्रदर्शन किया जा रहा लगातार सरकार के खिलाफ नारेबाजी की जा रही है। इन्हां दा आखणा है कि जिहड़ा काम महज थोड़े समय के ही निबड़ जाना सी ਉਹ ਗੱਡੀਆਂ ਦੀ ਘਾਟ ਕਰਕੇ ਉਹ ਕੰਮ ਨਿਬੜ ਨਹੀਂ ਰਿਹਾ। ਨਾਲ ਆੜਤੀਏ ਵੀ ਮੌਜੂਦ ਨੇ, ਨਾਲ ਆੜਤੀਏ ਵੀ ਨਾਲ ਜਿਹੜਾ ਧਰਨਾ ਮਜ਼ਦੂਰਾਂ ਦੇ ਧਰਨੇ ਦੇ ਨਾਲ ਆੜਤੀਏ ਵੀ ਮੌਜੂਦ ਨੇ। ਗੱਲਬਾਤ ਕਰ ਲੈਂਦੇ ਹਾਂ ਕਿਵੇਂ ਕਿ ਧਰਨਾ ਦੇਣ ਲਈ ਕਿਉਂ ਮਜਬੂਰ ਹੋਣਾ ਪਿਆ ਤੁਹਾਨੂੰ? ਅਸੀਂ ਧਰਨਾ ਦੇਣ ਲਈ ਤਾਂ ਮਜਬੂਰ ਹੋ ਰਹੇ ਹਾਂ ਜੀ। 20 ਦਿਨ ਹੋ ਗਏ ਸਾਨੂੰ ਮਾਲ ਭਰ ਕੇ ਬੈਠੇ ਨੂੰ ਜੀ, ਸਾਡਾ ਮਾਲ ਨਹੀਂ ਚੱਕਿਆ ਜਾ ਰਿਹਾ। ਜੇ ਅਸੀਂ ਲਿਫਟਿੰਗ ਕਰਦੇ ਵੀ ਗਾਹਾਂ ਮਾਲ ਬਿਲਕੁਲ ਖਾਲੀ ਨਹੀਂ ਹੋ ਰਿਹਾ ਜੀ। ਜੂਨੀਅਰ ਸਾਨੂੰ ਗੱਡੀਆਂ ਦੇ ਰਹੀ ਆ ਗਾਹਾਂ, ਜੂਨੀਅਰ ਦੀਆਂ ਗੱਡੀਆਂ ਖਾਲੀ ਹੋ ਕੇ ਨਹੀਂ ਆ ਰਹੀਆਂ। ਅਸੀਂ 15 ਦਿਨ ਤੋਂ ਵਿਹਲੇ ਬਹਿ ਕੇ ਖਾ ਰਹੇ ਹਾਂ ਜੀ। ਕੀ ਵਜ੍ਹਾ ਕਿਉਂ ਨਹੀਂ ਗੱਡੀਆਂ ਆ ਰਹੀਆਂ, ਕੀ ਕਹਿਣਾ ਕੀ ਹੈ? ਉਹ ਤਾਂ ਜੀ ਇੰਸਪੈਕਟਰ ਜਾਂ ਜਿਹਨਾਂ ਨੇ ਠੇਕਾ ਦਿੱਤਾ ਗਾਹਾਂ ਨੂੰ, ਉਹਨਾਂ ਨੂੰ ਪਤਾ ਹੋਣਾ ਚਾਹੀਦਾ ਜੀ। ਅਸੀਂ ਤਾਂ ਆਪਣੇ ਕੰਨੀਓ ਪੂਰਾ ਕੰਮ ਕਰ ਰਹੇ ਹਾਂਗੇ ਜੀ। 15 ਦਿਨ ਤੋਂ ਅਸੀਂ ਵਿਹਲੇ ਬਹਿ ਕੇ ਖਾ ਰਹੇ, ਬਾਕੀ ਆੜਤੀਆਂ ਨੂੰ ਪੁੱਛ ਲਓ ਜੀ। ਜੀ ਆੜਤੀਆਂ ਨਾਲ ਮੌਜੂਦ ਨੇ, ਆੜਤੀਆਂ ਨਾਲ ਗੱਲ ਕਰਨੇ ਕੀ ਨਾਮ ਕੀ ਹੈ ਸਰ ਤੁਹਾਡਾ? ਮੇਰਾ ਨਾਮ ਤਾਂ ਬਲਦੇਵ ਕੁਮਾਰ ਹੈ। ਅੱਛਾ ਕੀ ਕਿਵੇਂ ਦੇਖਦੇ ਹੋ, ਕੀ ਕਾਰਨ ਕੀ ਹੈ, ਇਹਨੂੰ ਧਰਨਾ ਕਿਉਂ ਲਾਉਣਾ ਪੈ ਰਿਹਾ ਜੀ? ਮਾਲ ਨਹੀਂ ਚੱਕਿਆ ਜਾਂਦਾ, ਨਾਲੇ ਫਿਰ ਸ਼ੋਰਟੇਜ ਮੰਗਦੇ ਨੇ ਹੋਰ ਕੀ ਜੀ। ਹਾਂ ਕੌਣ ਸ਼ੋਰਟੇਜ ਮੰਗਦੇ ਨੇ? ਕਿਉਂ ਮੈਂ ਕਿਵੇਂ ਵਾਲੇ ਇਨਸਪੈਕਟਰ ਜਿਹੜਾ ਮਾਲ ਖਰੀਦਦਾ ਹੈ ਉਸਨੇ ਉਹ ਕਰਨਾ ਮਾਲ ਚੱਕਣੀ ਤੇ ਨਾਲ ਆੜਤੀਏ ਹੋਰ ਵੀ ਨੇ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ, ਕੋਸ਼ਿਸ਼ ਕਰਾਂਗੇ ਕਿ ਆਖਿਰਕਾਰ ਉਹ ਦੱਸਣ ਵੀ ਕੀ ਕਾਰਨ ਹੈ। ਸਰ ਕਿਉਂ ਕੀ ਨਾਮ ਕੀ ਹੈ ਤੁਹਾਡਾ ਜੀ? ਮੇਰਾ ਨਾਮ ਹਰਵਿੰਦਰ ਸਿੰਘ ਹੈ ਜੀ। ਅੱਛਾ ਤੁਸੀਂ ਇਹ ਮਜ਼ਦੂਰਾਂ ਦਾ ਸਾਥ ਦੇ ਰਹੇ ਹੋ, ਧਰਨਾ ਪ੍ਰਦਰਸ਼ਨ ਕਰ ਰਹੇ ਨੇ, ਕੀ ਕਾਰਨ ਲੱਗਦਾ ਹੈ ਕਿਉਂ? ਉਹਦਾ ਕਾਰਨ ਇਹ ਹੈ ਜੀ ਕਿਉਂਕਿ ਮਜ਼ਦੂਰ ਇਹ ਮੰਡੀ ਚੱਲਣ ਤੋਂ 5-7 ਦਿਨ ਪਹਿਲਾਂ ਦੇ ਆਏ ਹੋਏ ਨੇ। ਅੱਜ ਇਹਨਾਂ ਦਾ ਕੰਮ ਸਮਾਪਤ ਹੋਏ ਨੂੰ ਤਕਰੀਬਨ 1 ਹਫ਼ਤਾ ਹੋ ਗਿਆ, ਕਿਸੇ ਦੇ 5 ਦਿਨ ਹੋ ਗਏ ਨੇ। ਇਹ ਵਿਚਾਰੇ ਆਪਦੀ ਜੇਬ 'ਚੋਂ ਇਕੱਲੇ ਖਾ ਰਹੇ ਨੇ। ਇਹ ਸਾਨੂੰ ਕਹਿੰਦੇ ਨੇ ਵੀ ਸਾਨੂੰ ਉਹ ਛੱਡੋ ਅਤੇ ਅਸੀਂ ਆਪਦੇ ਘਰਾਂ ਨੂੰ ਜਾਈਏ। ਹੁਣ ਮਾਲ ਇੱਥੇ ਮੰਡੀ ਦੇ ਵਿੱਚ ਪਿਆ ਰੋਲ ਰਿਹਾ, ਅਸੀਂ ਇਹਨਾਂ ਨੂੰ ਉਨੀ ਦੇਰ ਤੱਕ ਕਿਵੇਂ ਛੱਡ ਦਿਆਂਗੇ? ਜਿੰਨੀ ਦੇਰ ਤੱਕ ਮਾਲ ਚੱਕਿਆ ਨਹੀਂ ਜਾਂਦਾ ਉਨੀ ਦੇਰ ਤੱਕ ਪੇਮੈਂਟ ਵੀ ਨਹੀਂ ਇਹਨਾਂ ਨੂੰ ਦੇ ਸਕਦੇ ਅਸੀਂ, ਜਿੰਨੀ ਕਿ ਇਹਨਾਂ ਨੂੰ ਲੋੜ ਹੁੰਦੀ ਹੈ ਇਹਨਾਂ ਨੇ ਲੈ ਲਈ। ਅਤੇ ਇਹਦੇ ਵਿੱਚ ਹੁਣ ਨਾ ਤਾਂ ਸਾਡਾ ਆੜਤੀਏ ਦਾ ਕੋਈ ਕਸੂਰ ਹੈਗਾ, ਕਿਉਂਕਿ ਇਹ ਦੇਖੋ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਮਾਲ ਚੁਕਾਉਣਾ। ਜਿਹੜੇ ਛੋਟੇ ਆੜਤੀਏ ਨੇ ਵਿਚਾਰੇ, ਕਿਸੇ ਦਾ 4,000 ਕੱਟਾ, ਕਿਸੇ ਦੇ 5 ਪਿਆ, ਕਿਸੇ ਦੇ 3 ਪਿਆ, ਅਸੀਂ ਕਹਿੰਦੇ ਹਾਂ ਵੀ ਤੁਸੀਂ ਭਾਈ ਉਹਨਾਂ ਨੂੰ ਚੁਕਾਓ, ਉਹਨਾਂ ਨੂੰ ਤਾਂ ਫਰਕ ਕਰੋ, ਉਹਨਾਂ ਦੇ ਮਜ਼ਦੂਰ ਜਾਣ। ਇਹ ਸਾਨੂੰ ਕਹੀ ਜਾਂਦੇ ਨੇ ਵੀ ਅਸੀਂ ਜੀਰੀ ਵੇਲੇ ਬਿਲਕੁਲ ਨਹੀਂ ਇਸ ਮੰਡੀ 'ਚ ਆਵਾਂਗੇ। ਅਤੇ ਇਹ ਦੇਖੋ ਵੀ ਹੁਣ ਪ੍ਰਸ਼ਾਸਨ ਨੇ ਇਹਨਾਂ ਨੂੰ ਵਿਹਲੇ ਕਰੇ, ਆਪਣੇ ਘਰਾਂ ਨੂੰ ਜਾਣ। ਜਿੱਥੇ ਹੁਣ ਵੱਡੇ ਆੜਤੀਆਂ ਨੇ ਜਿਨ੍ਹਾਂ ਦੇ ਹਾਲੇ ਵੀ ਮਾਲ ਲੈ ਰਿਹਾ ਔਰ ਤੁਲ ਰਿਹਾ, ਉਹਨਾਂ ਦੇ ਜਿਹੜੇ ਵਰਕਰ ਨੇ ਉਹ ਤਾਂ ਖੁਸ਼ ਨੇ। ਘਾਟ ਕਿੱਥੇ ਲੱਗਦੀ ਹੈ ਸਰ, ਇਹ ਆੜਤੀ ਸਾਹਿਬ ਕਿਵੇਂ ਲੱਗਦਾ, ਘਾਟ ਕਿੱਥੇ ਰਹਿ ਗਈ ਇਹ ਸਰਕਾਰ ਦੀ, ਕਿੱਥੇ ਕਮੀ ਰਹਿ ਗਈ ਹੈ? ਇਹ ਹੁਣ ਸਰਕਾਰ ਦੀ ਇਹ ਤਾਂ ਸਰਕਾਰ ਨੂੰ ਪਤਾ ਜੀ ਘਾਟ ਕਿੱਥੇ ਆ। ਉਹ ਕਹਿੰਦੇ ਵੀ ਅੱਗੇ ਗੱਡੀਆਂ ਉਤਰ ਨਹੀਂ ਰਹੀਆਂ, ਪਰਸੋਂ ਦੀਆਂ ਗੱਡੀਆਂ ਗਈਆਂ ਨੇ ਜੀ, 70 ਗੱਡੀਆਂ ਗਈਆਂ ਹੋਈਆਂ ਨੇ, ਉਹ ਹਾਲੇ ਤੱਕ ਉੱਥੋਂ ਵਾਪਸ ਨਹੀਂ ਆਈਆਂ। ਦੱਸ ਰਹੇ ਨੇ ਕਾਰਨ ਕਿਉਂ ਨਹੀਂ ਉਤਰੀਆਂ? ਉਹ ਕਾਰਨ ਕਹਿੰਦੇ ਜੀ ਗਾਹਾਂ ਜਿਹੜੀ ਹੈਗੇ ਪਾਰਟੀਆਂ ਘੱਟ ਨੇ ਸਾਡੇ ਕੋਲੇ, ਲਾਉਣ ਵਾਲੇ ਲੇਬਰ ਦੀ ਘਾਟ ਹੈ, ਲੇਬਰ ਦੀ ਘਾਟ। ਦੱਸ ਰਹੇ ਹਾਂਜੀ, ਕੀ ਕਹੋਗੇ, ਕਿਵੇਂ ਦੇਖਦੇ ਹੋ ਅੱਜ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ, ਕੀ ਕਹਿਣਾ? ਅਸੀਂ ਤਾਂ ਐਂ ਕਹਿੰਦੇ ਹਾਂ ਜੀ, ਜੇ ਮਾਲ ਚੱਕਿਆ ਜਾਵੇ ਗਰੀਬ ਆਪਦੇ ਘਰਾਂ ਨੂੰ ਜਾਣ, ਇਹ ਤਾਂ ਵਿਚਾਰੇ ਉਰੀ ਖਾ ਜਾਣਗੇ ਜਿਹੜੇ ਸਾਤੋਂ ਲੈਣਗੇ, ਇਹ ਉੱਥੇ ਕੀ ਕਰਨਗੇ ਜਾ ਕੇ? ਨਾਲ ਅਸੀਂ ਆੜਤੀ ਵੀ ਹੈਰਾਨ ਹਾਂ, ਸਾਡਾ 9 ਮੋਰਚਰ ਰਹਿ ਗਿਆ ਕਣਕ ਦਾ, ਉਹ 7-12 ਮੰਗਦੇ ਨੇ, ਅਸੀਂ 12 ਦਾ ਖਰੀਦਿਆ ਵਾ, ਸਾਨੂੰ ਤਾਂ 3 ਕੁਇੰਟਲ ਸ਼ੋਰਟ ਹੋ ਗਈ, ਨਾਲੇ ਸਾਤੋਂ ਸਰਕਾਰ ਸ਼ੋਰਟ ਮੰਗਦੀ ਹੈ, ਨਾਲੇ ਸਾਡਾ 9% ਤੇ ਉਹ ਚੱਲਿਆ ਗਿਆ, ਅਸੀਂ 3-3 ਕੁਇੰਟਲ ਕਿੱਥੋਂ ਗੱਡੀ ਦੇ ਦਈਏ? ਇਹ ਵਿਚਾਰੇ ਭੁੱਖੇ ਪੜਦੇ ਨੇ, ਕਹਿੰਦੇ ਸਾਨੂੰ ਅਸੀਂ ਤਾਂ ਖਾ ਕੇ ਸਾਰਾ ਕੁਝ, ਸਾਡੇ ਜਵਾਕ ਰੁੜ ਜਾਣਗੇ। ਇਹ ਗਵਰਨਮੈਂਟ ਦੀ ਨਲਾਇਕੀ ਆ, ਇੰਸਪੈਕਟਰ ਦੀ ਨਲਾਇਕੀ ਆ। 2 ਦਿਨ ਦਾ ਟਾਈਮ ਦਿੱਤਾ ਜੀ, ਸਾਨੂੰ ਸਪੈਸ਼ਲ ਨਹੀਂ ਮਿਲਦੀ, ਅਸੀਂ ਨੋਟਿਸ ਦਿੰਦੇ ਹਾਂ ਜੀ, ਅੱਜ ਹੀ ਅਸੀਂ ਸੜਕ ਜਾਮ ਕਰਾਂਗੇ ਜੀ, ਚਾਹੇ ਨੂੰ ਚਾਹੇ ਮੇਨ ਰੋਡ ਜਾ ਕੇ ਨਾਭੇ ਨਾ ਜਾਣ ਜਾਮ ਕਰਨਾ ਪਵੇ। ਨਾਭਾ ਮੰਡੀ ਸਾਡੀ ਕਲੀਅਰ ਹੈ, ਧੂਰੀ ਸਾਰੀ ਕਲੀਅਰ ਹੈ ਜੀ, ਅਮਰਗੜ੍ਹ ਨੇ ਕੋਈ ਪਾਪ ਕਰਿਆ? ਮਤੇਰ ਮਾਈ
माता वाला इतने हाल कर साडा जाके देखो किमें माल गलिया कौन जिम्मेवार है वह है जी की असी पाप कर असी भी उवें ही प्रोसैस कर रहे कल कल बोरी में असी पखा लाया मंडी का ज राउंड तो मारो जाके तुम की हालत है जाके तुम देखो जी इन इन कणक गल गई की करे जी आड़ती है बनते 250 रुपये ने जाता 250 है जी किधर जाऊगा जी किसान साढ़े ना बिल्कुल बेइंसाफी हो रही है जी साढ़े ना अमरगढ़ मंडी के नाल सानू दो दिन के स्पैशल का इंतजाम करके दो तुसी डिमांड करो असी पास कराने आप प्रवासी मजदूरों नाल भी गलबात करांगे देखते हैं उन्होंने की कहना है उन्होंने धरना प्रदर्शन कर रहे हो क्या मुश्किल आ रही है हम लोग को तो उठता ही नहीं माल 20 दिन से करीब बैठ के खा रहे हैं खाने कोई ये नहीं है क्या क्या लग रहा है किसकी गलती है गवर्नमेंट वाले माल ही नहीं ले जाते हैं ये गवर्नमेंट वाले का गलती हो रहे हैं कितनी मुश्किल आ रही है करीब 10 दिन से बैठ के खा रहे बहुत मुश्किल हो रहे हैं मुश्किल हो रही है बहुत मुश्किल है जी 15 दिन हो गया हम लोग को बैठे बैठे यहाँ रोटी अपना पल्लो खा रहे जी 15 दिन से बैठ के यहाँ पे कोई नहीं सुनवाई नहीं है जी नहीं गड्डी नहीं माल चकता नहीं कुछ चकता बताओ जी हम लोग बैठ के कितने दिन तक खाएंगे यहाँ पे बाल बच्चे भी पालना है जी करो अपना भी पेट चलाना बाल बच्चे ने भी बहुत मुश्किल चल रहा है जी थे आज 15 दिन हो गया बिल्ले बैठे हम लोग को यहाँ पे आपके घर पे घर में भी जाना है अभी हाँ जी देश भी जाना है जी सारे आएगा जी कुछ बचेगा तही नहीं लेके जाएंगे जी घर सब बैठ के यहीं खा लेंगे तो हम लोग क्या लेके जाएंगे घर जी ना तो जी मार्केट कमेटी ने साडा सुनिया जी ना तो साडा प्रधान का दरवाजा खड़काया ना साडा किसी प्रधान ने सुनिया जी कोई नहीं सुनता जी साडी कोई सुनवाई नहीं कर रहा जी असि चुप करके खा पी के अपना बह जाने के जिन्ना का कमा लिया जी बराबर सराबर कर रहे हैं जेकर थोड़ी हुण भी सुनवाई नहीं हुंदी तां की थोड़ा एक्शन रहूगा साडा एक्शन यह जी असि सवेर नूं फिर रोड जाम करांगे जी कल बिल्कुल ये तुसी देखिया कि जिहड़ा हैगा मजदूर कट्ठे होए ने ते नाल आड़ती ने जिहड़े कट्ठे होए ने इन्हां दा कहना है कि जिहड़ियां गड्डियां ने जिहड़ियां ट्रक ने वो ट्रक मंडी च नहीं पहुँच रहे जिस करके इन्हां नूं बैठ के बिना किसी काम किए इन्हां नूं जिहड़ा हैगा खर्चा पानी करना पै रहा है ते इह घरां नूं जाण कनी औखे ने पर सरकारां सुन नहीं रही हैगियां हुण देखदे आं कि आखिरकार इन्हां दी कोई सुनवाई हुंदी है जां नहीं इन्हां दा कहना कि मार्केट कमेटी दे जिहड़े सैकटरी ने उन्हां नाल गल करनी चाहिए तां उह भी नहीं हैगे ते होर अधिकारी ने उह भी नहीं गल करन नूं तैयार हुण देखदे आं कि पंजाब सरकार इन्हां दी कोई सुनवाई करूगी या फिर इस तरह यह खज्जल खुआर हुंदे रहणगे कैमरामैन मनजीत दे नाल जतिंदर मनवी अमरगढ़ राजन गुप्ता है जी प्रॉब्लम तो सारा समझ नहीं इतों लोडिंग हो रही है उत्थे लेबर घट के अनलोडिंग की दिक्कत आ रही है जिथे जा रहे हैं मलेरकोटले विखे क्यों घाट क्यों महसूस क्यों पई लेबर की घाट क्यों क्यों प्रबंध नहीं किए गए सरकार तो कहती असं पुख्ता प्रबंध किए फिर की कारण की है की नैगलीजेंसी है नैगलीजेंसी नैगलीजेंसी बारे की कहता नैगलीजेंसी तो हूँ उपरों सामने सारे कितने स्पैशल भी लग रही ने करके भी दिक्कत आ जाती है वही लेबर दी स्पैशल उधर मूव हो जाए ने लेबर उधर मूव ही स्पैशल करनी नहीं होर मंडिया हो रही है कि आही मंडी क्यों सर यही मंडी का की घाट की है इसी यही मंडी में क्यों प्रॉब्लम क्यों क्यों मजदूरों इतने बैठना पै रहा सर उरे समझने खरीद दो एजेंसियां करके प्रॉब्लम बढ़ी जाए खरीद बद एजेंसी की होंगी चाहे प्रॉब्लम ना आती कितने ना कि जो ठेकेदार ने तुम टेंडर वगैरह दिते ने कि उन्होंने को पुख्ता प्रबंध है नहीं सी लेबर दी उन्होंने को लेबर है नहीं की कारण की लगता सर ठेकेदार जिला दफ्तर वालों दिते जाते हैं ये बारे उन्होंने जानकारी है भी अपनी लग रही सर उ समझ लेबर का ठेकेदार तो समझ नहीं रहे अपने सारे कि एफसीए भी उसे जा रहे हैं परसों खाली हुई नहीं हो गया ये साडी दिक्कत है जी उत्थे पता हो सकता जी की दिक्कत चल रही है लेबर की घाट है की घाट है जी उत्थे ज्यादा उत्थे गए हैं जी बिल्कुल जी बिल्कुल संपर्क असल विच अज स्पेशल आ गई मलौद की कहिंदे उधर लेबर चली गई जी ता करके अनलोडिंग नहीं हो रही उत्थे ते हुण एसडीएम साहब नाल भी गल होई सी ओ कहिंदे मामला ध्यान च की मान लो इहदा किवें सुलझाओगे मामले नूं की करोगे देखो जी साडे सेंटर च माल नहीं लग रहा जाके दूजे सेंटर च माल लग रहा जिसदी सब तों वड्डी सानूं समस्या इही आ रही है
तो उत्थे जाके जिहड़े जिथे माल उतरदा इक्को गोदाम दे विच उत्थे बहुत सारियां मंडियां दा माल उतरदा ते जिस करके उत्थे गलट होण करके ट्रकां दी गिनती बहुतात विच होण करके लेबर दे जिहड़े सोर्सिज़ नूं लिमिटेड ने जिस करके दिक्कत आ रही है। ते हुण किन्ने दिनां च माल है जिहड़ा किन्ने देखो साडा तां बस सानूं तां जी जे इह प्रोपर वे नाल इक सही तरह नाल चली जावे दोवे पासों यानी कि माल जावे भी सही तो उतरे भी सही तो विदिन 5 या 10 डेज मंडी क्लीयर हो सकती है जी। नहीं जेकर इस तरह जी लेबर की प्रॉब्लम आई है की है देखो असीं अपने देखो ये जिहड़ा मैटर वड्डे तौर पर लेबर का हल करन का जिहड़ा काम है वो साडे उच्च अधिकारियों का हैगा जी असीं उन्होंने मन एक गल ध्यान में लिया चुके हैं बार बार ध्यान देखो शॉर्टेज अज तक कोई साडे कोल अजे केस नहीं आया इस तरह का ठीक है लेकिन अजे साडे कोल माल ठीक उतर रहा है डेली डेली वेटशीट बन के साडे कोल आ जाती है जिन्ना कोई माल उतरदा है जी उत्थे बेनती करा भी जल्दी जल्दी माल लिफ्ट कराने के उपराला किया जाए ता कि हर एक बंदे नू इस बारे कोई गिला सिकवा ना हो। लेबर का इतना बुरा हाल हो गया जी।